ਸਾਤਰੀਕਾ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਬਾਕਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਐਮੀ ਵਿਰਕ ਦੀ ਅਪਕਮਿੰਗ ਮੂਵੀ ਦੇ ਟ੍ਰੇਲਰ ਦੇ ਬਾਰੇ ਜਿਸ ਦਾ ਨਾਮ ਹੈ ਓਏ ਮੱਖਣਾ ਓਏ ਮੱਖਣਾ ਤੋਂ ਮੈਨੂੰ ਅਮਿਤਾਭ ਬੱਚਨ ਤੇ ਗੋਵਿੰਦਾ ਦੇ ਗਾਣੇ ਦੀ ਯਾਦ ਆ ਜਾਂਦੀ ਹੈ ਵੈਲ ਮੱਖਣ ਦਾ ਕਿਰਦਾਰ ਐਮੇ ਵਿਰਕ ਨਿਭਾਉਂਦੇ ਨਜ਼ਰ ਆ ਰਹੇ ਹਨ ਆਪਣੀ ਦਮਦਾਰ ਐਕਟਿੰਗ ਦੇ ਨਾਲ ਤੇ ਜੇ ਟ੍ਰੇਲਰ ਦੀ ਸਟੋਰੀ ਦੇ ਬਾਰੇ ਗੱਲ ਕਰੀਏ ਸ਼ੁਰੂਆਤ ਵਿੱਚ ਐਮੇ ਵਿਰਕ ਨੂੰ ਇੱਕ ਕੁੜੀ ਪਸੰਦ ਆ ਜਾਂਦੀ ਹੈ ਜਿਸ ਦੇ ਚੱਲਦੇ ਉਹ ਆਪਣੇ ਚਾਚੇ ਨੂੰ ਕਨਵਿੰਸ ਕਰਦਾ ਹੈ ਕਿ ਮੈਨੂੰ ਇਹ ਕੁੜੀ ਹਰ ਹਾਲਤ ਵਿੱਚ ਚਾਹੀਦੀ ਹੈ ਜਿਸ ਦੇ ਚੱਲਦੇ ਉਸ ਦਾ ਚਾਚਾ ਪੂਰੀ ਕੋਸ਼ਿਸ਼ਾਂ ਵਿੱਚ ਲੱਗ ਜਾਂਦੇ ਹਨ ਕਹਾਣੀ ਵਿੱਚ ਟਰਨਿੰਗ ਪੁਆਇੰਟ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਐਮੇ ਵਿਰਕ ਨੂੰ ਪਤਾ ਚੱਲਦਾ ਹੈ ਕਿ ਇਹ ਕੁੜੀ ਆਖਿਰ ਕੋਈ ਹੋ ਰਹੀ ਹੈ ਆਖਿਰ ਕੌਣ ਹੈ ਇਹ 4 ਨਵੰਬਰ ਨੂੰ ਸਿਨੇਮਾ ਕਰਾਂ ਵਿੱਚ ਦੇਖ ਕੇ ਹੀ ਪਤਾ ਚੱਲੇਗਾ ਦਰਸ਼ਕਾਂ ਦੇ ਵੀ ਕਾਫੀ ਸਾਰੇ ਕਮੈਂਟ ਆਏ ਨੇ ਆਓ ਇੱਕ ਨਜ਼ਰ ਮਾਰਦੇ ਹਾਂ ਇੱਕ ਦਰਸ਼ਕ ਦਾ ਕਮੈਂਟ ਆਂਦਾ ਹੈ गूग गिल नैवर फेल्स टू सरप्राइज अस विद हिज परफॉर्मेंस बिल्कुल इन्हें एक्टिंग ही बहुत दमदार एंड बहुत ही है। दूसरे यूजर का कमेंट आता है लव द ट्रेलर ऑल द करैक्टर आर वेरी टैलेंटेड होप इट टर्नस आउट टू बी अ ग्रेट एंटरटेनर एज एक्सपैक्टेड एग्जैक्टली ने कहा है कि ट्रेलर बहुत पसंद आया है सारे करैक्टर का किरदार भी बहुत नज़र आ रहा है प्लस उन्होंने यह भी कमेंट किया है कि होपूी काफ़ी एंटरटेनिंग रही एज एक्सपैक्टेड ਇੱਕ ਹੋਰ ਯੂਜ਼ਰ ਦਾ ਕਮੈਂਟ ਆਂਦਾ ਹੈ ਥੀਸ ਪੀਪਲ ਹੈਵ ਸੋ ਮੱਚ ਪੋਜ਼ਿਟਿਵ એનર્ਜੀ ਥੈਟ ਦੇ ਫਿਲ एवरीवनਸ ਸਪਿਰਿਟ ਐਗਜ਼ੈਕਟਲੀ ਇੱਕ ਹੋਰ ਯੂਜ਼ਰ ਦਾ ਕਮੈਂਟ ਆਂਦਾ ਹੈ ਲੁਕਸ ਲਾਈਕ ਐਨ ਅਮੇਜ਼ਿੰਗ ਫਨ ਮੂਵੀ ਵਿਦ ਸਮ ਗ੍ਰੇਟ ਐਕਟਰਸ ਕਾਂਟ ਵੇਟ ਟੂ ਸੀ ਇਟ ਕਾਫੀ ਜ਼ਿਆਦਾ ਐਕਸਾਈਟਿਡ ਹਾਂ ਇੱਕ ਹੋਰ ਯੂਜ਼ਰ ਦਾ ਕਮੈਂਟ ਆਂਦਾ ਹੈ ਹਾ 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 ਆਸਮ ਹਿਲੇਰੀਅਸ ਥੇਰ ਇਜ਼ ਨੋ ਵੇ I am missing this movie for anything okay ek hor jyada comment anda hai wow mx ex, so excited for oi makhna jittho pata chalda hai ki darshak wakke hi excited ne is movie nu dekhan layi ek hor jyada comment anda hai must watch this trailer was just strong acting direction and story exactly so eh darshak da comment aaye ne and eto pata chalda hai ki darshak kafi jyada excited ne is movie nu dekhan layi ਇਹ ਫਿਲਮ ਦਾ ਟ੍ਰੇਲਰ ਕੁੱਲ 3 ਮਿੰਟ 3 ਸਕਿੰਡਸ ਦਾ ਹੈ ਜਿਸ ਦੇ ਵਿੱਚ ਭਰਪੂਰ ਕਾਮੇਡੀ, ਡਰਾਮਾ, ਰੋਮਾਂਸ ਦਾ ਤੜਕਾ ਨਜ਼ਰ ਆਉਂਦਾ ਹੈ। ਤੇ ਜੇ ਗੱਲ ਕਰੀਏ ਇਸ ਮੂਵੀ ਦੀ ਸਟਾਰ ਕਾਸਟ ਤੇ ਕਰੂ ਮੈਂਬਰਸ ਦੇ ਬਾਰੇ ਤਾਂ ਇਸ ਮੂਵੀ ਨੂੰ ਡਾਇਰੈਕਟ ਕੀਤਾ ਗਿਆ ਹੈ ਡਾਇਰੈਕਟਰ ਸਿਮਰਜੀਤ ਸਿੰਘ ਦੁਆਰਾ। ਇਸ ਮੂਵੀ ਨੂੰ ਡਾਇਲੌਗ ਦਿੱਤੇ ਗਏ ਹਨ ਰਾਈਟਰ ਰਕੇਸ਼ धवन ਦੁਆਰਾ। ਇਸ ਮੂਵੀ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਵਿਕਰਮ ਮਹਿਰਾ, ਸਿਧਾਰਥ ਅਨੰਦ ਕੁਮਾਰ, ਐਮੀ ਵਿਰਖ ਤੇ ਸਿਮਰਜੀਤ ਸਿੰਘ ਦੁਆਰਾ। ਤੇ ਇਸ ਮੂਵੀ ਦੇ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਮੂਵੀ ਵਿੱਚ ਐਮੇ ਵਿਰਖ ਗੁੱਗੂ ਗਿਲ ਤਾਨਿਆ ਸਦਿਕਾ ਸ਼ਰਮਾ ਹਰਦੀਪ ਗਿਲ ਤੇ ਸੁਖਵਿੰਦਰ ਚਾਹਲ ਇਹਨਾਂ ਮਹਾਨ ਕਲਾਕਾਰਾਂ ਦੀ ਐਕਟਿੰਗ ਚਲਦੀ ਨਜ਼ਰ ਆ ਰਹੀ ਹੈ 4 ਨਵੰਬਰ 2022 ਨੂੰ ਇਹ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਸਿਨੇਮਾ ਕਰਾਵੇਟ ਅੱਜ ਦਾ ਟੌਪਿਕ ਇੱਥੇ ਹੀ ਖਤਮ ਕਰਦੇ ਹਾਂ ਜੇ ਵੀਡੀਓ ਸਾਡੀ ਅੱਛੀ ਲੱਗੀ ਲਾਈਕ ਕਰੋ ਕਮੈਂਟ ਕਰਕੇ ਤੁਸੀਂ ਵੀ ਦੱਸੋ ਕਿ ਤੁਸੀਂ ਕਿੰਨੇ ਜ਼ਿਆਦਾ ਐਕਸਾਈਟਿਡ ਜੇ ਇਸ ਮੂਵੀ ਨੂੰ ਦੇਖਣ ਲਈ ਪਲੱਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ